exercise 2.9 ਤੁਹਾਡੀ ਬੁੱਕ ਤੇ ਹੈਗੀ ਹੈ ਬੱਚੇ ਇਹਦੇ ਵਿੱਚ ਜਿਹੜਾ ਫਸਟ ਸਮ ਹੈਗਾ ਕਿ ਫਾਈਂਡ ਦਾ ਐਸਟੀਮੇਟਡ ਆਨਸਰਸ ਠੀਕ ਹੈ ਐ ਪਲੱਸ ਮਾਈਨਸ ਮਲਟੀਪਲਾਈ ਹੋ ਡਿਵਾਈਡ ਦੇ ਕੁਝ ਸਾਮ ਦੱਸੇ ਹੋਏ ਆ ਸੋ 1 ਬਾਈ 1 ਆਪਾਂ ਇਹਨੂੰ ਸੋਲਵ ਕਰਦੇ ਆ ਠੀਕ ਹੈ ਐਸਟੀਮੇਟਡ ਸਮ ਦਾ ਮਤਲਬ ਕੀ ਹੁੰਦਾ ਆ ਕਿ ਮੰਨ ਲਓ ਆਪਾਂ ਜਿੱਦਾਂ ਹੁਣ 753 ਆ ਹੈਨਾ 525 ਆ ਸੋ ਕਿਹਦੇ ਨੀਅਰ ਅਬਾਊਟ ਹੁੰਦੇ ਆ ਜਿੱਦਾਂ ਮੰਨ ਲਓ ਹੁਣ ਜਿਹੜਾ 18 ਹੈ ਹੈਨਾ ਆਪਾਂ 18 ਨਾ ਕਹਿ ਕੇ ਆਪਾਂ ਕਹਿ ਦਿੰਨੇ ਆ ਕਿ 20 ਦੇ ਲਾਗੇ ਆ ਹੈਨਾ 20 ਦੇ ਲਾਗੇ ਹੀ ਆ ਨਾ ਸੋ ਜਿੱਦਾਂ 5 ਆ 5 ਨੂੰ ਆਪਾਂ ਕਹਿ ਦਿੰਨੇ ਆ ਕਿ 10 ਦੇ ਲਾਗੇ ਆ ਠੀਕ ਹੈ ਸੋ ਇਸੇ ਤਰੀਕੇ ਦੇ ਨਾਲ ਜਿੱਦਾਂ ਹੁਣ ਵੱਡੀਆਂ ਕੁਝ ਰਕਮਾਂਸ ਹੁੰਦੀਆਂ ਵਾ 118 ਠੀਕ ਹੈ ਇਹ ਕਿਤੇ ਲੱਗੇ ਆ 100 ਦੇ ਲੱਗੇ ਹੈਗਾ ਇਹ ਠੀਕ ਹੈ 100 ਦੇ ਲੱਗੇ ਨਾ 200 ਦੇ ਲੱਗੇ ਤਾਂ ਨਹੀਂ ਨਾ ਉਹ ਦੂਰ ਪੈ ਜਾਂਦਾ ਥੋੜੀ ਜੀ ਠੀਕ ਹੈ ਸੋ ਜ਼ੀਰੋਸ ਦੇ ਲੱਗੇ ਆਪਾਂ ਨੂੰ ਗਿਨਣਾ ਵਾ ਕਿ 10 ਦੇ ਲੱਗੇ 20 ਦੇ ਲੱਗੇ 100 ਦੇ ਲੱਗੇ ਆ 1000 ਦੇ ਲੱਗੇ ਆ 500 ਦੇ ਲੱਗੇ ਆ ਸੋ ਇਸ ਤਰੀਕੇ ਦੇ ਨਾਲ ਅਸੀਂ ਐਸਟੀਮੇਟਡ ਆਨਸਰ ਜਿਹੜੇ ਉਹ ਫਾਈਂਡ ਕਰਨੇ ਆ ਠੀਕ ਹੈ ਹੁਣ ਦੇਖੋ ਆਪਾਂ ਪਹਿਲਾਂ ਡਿਜਟ ਦੇਖਣੇ ਆ ਅਹ ਦੇਖੋ ਬੱਚੇ ਇਹ ਵਾਂਸ ਟੈਂਸ ਔਰ 100 ਹੈ ਨਾ ਵਾਂਸ ਟੈਂਸ ਔਰ 100 ਹੈ ਸੋ ਆਪਾਂ ਨੀਅਰ ਅਬਾਊਟ 100 ਦੇ ਲਾਗੇ ਇਹਨਾਂ ਨੂੰ ਪਤਾ ਕਰਨਾ ਸੋ ਸੋਲੂਸ਼ਨ ਇਹਦਾ ਕੀ ਹੋਊਗਾ ਕਿੱਦਾਂ ਇਹਨੂੰ ਸੋਲਵ ਕਰਨਾ ਵਾ ਠੀਕ ਹੈ ਆਪਾਂ ਕਰਾਂਗੇ ਰਾਉਂਡਿੰਗ ਰਾਉਂਡਿੰਗ ਆਫ ਸਭ ਤੋਂ ਪਹਿਲਾਂ 753 ਦੀ ਟੂ ਦਾ ਨੀਅਰੈਸਟ ਟੂ ਦਾ ਨੀਅਰੈਸਟ ਏ ਵਨ ਸਟੈਂਡਸ 100 ਤੱਕ ਸੀਗੇ ਇਸ ਕਰਕੇ ਨੀਅਰੈਸਟ 100 ਕਰਾਂਗੇ ਉਹ 100 ਦੇ ਪਿੱਛੇ ਜਿਹੜੀਆਂ ਹੈਗੀਆਂ 2 ਜ਼ੀਰੋਜ਼ ਹੁੰਦੀਆਂ ਠੀਕ ਹੈ ਇਟ ਮੀਨਸ ਕਿ ਤੁਸੀਂ ਕੀ ਕਰਨਾ ਕਿ 753 ਇਹਨਾਂ ਦੀਆਂ 2 ਜ਼ੀਰੋਜ਼ ਬਣਾਉਣੀਆਂ ਵਾ ਲਾਸਟ ਦੇ ਉੱਪਰ ਤੁਸੀਂ ਠੀਕ ਹੈ ਜਿੱਦਾਂ ਹੁਣ ਮੰਨ ਲਓ ਕਿ 3 ਦੀ ਵੀ ਜ਼ੀਰੋ ਬਣਾ ਲਓ ਔਰ ਇਹ ਜਿਹੜਾ 5 ਆ 10ਸ ਵਾਲਾ 1ਸ ਵਾਲੇ ਦੀ ਵੀ ਜ਼ੀਰੋ ਬਣਾ ਲਓ 10ਸ ਵਾਲੇ ਦੀ ਵੀ ਜ਼ੀਰੋ ਬਣਾ ਲਓ 2 ਜ਼ੀਰੋਜ਼ ਬਣਾਉਣੀਆਂ ਕਿਉਂਕਿ 100 ਦੇ ਪਿੱਛੇ 2 ਜ਼ੀਰੋਜ਼ ਹੁੰਦੀਆਂ ਇਸ ਕਰਕੇ ਠੀਕ ਹੈ ਸੋ ਹੁਣ ਜਿਹੜਾ 100 ਵਾਲਾ ਨਾ 7 ਉਹ ਇੱਕ ਇਨਕਰੀਜ਼ ਹੋ ਕੇ 8 ਹੋ ਜਾਣਾ ਸੋ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਠੀਕ ਹੈ ਤੁਸੀਂ ਨਾ 10 ਵਾਲਾ ਦੇਖਣਾ ਜਿਹੜੀ ਦੂਸਰੇ ਨੰਬਰ ਵਾਲੀ ਜ਼ੀਰੋ ਬਣਾਈ ਹੈ ਨਾ ਉਹਨੂੰ ਦੇਖਣਾ ਹੁਣ ਇਹ 5 ਆ ਇਟ ਮੀਨਸ ਜੇਕਰ 10ਸ ਵਾਲਾ 5 ਆ ਜਾਂ 5 ਤੋਂ ਬਿਗਰ ਆ ਇਟ ਮੀਨਸ ਨਾਲ ਵਾਲਾ 100 ਵਾਲਾ 7 ਆ ਉਹ ਇੱਕ ਇਨਕਰੀਜ਼ ਹੋ ਜਾਏਗਾ 8 ਬਣ ਜਾਏਗਾ ਜਿੱਥੇ 8 ਹੁੰਦਾ ਇਹ 9 ਹੋ ਜਾਣਾ ਸੀ ਜਿੱਥੇ 2 ਹੁੰਦਾ 3 ਹੋ ਜਾਣਾ ਸੀ ਠੀਕ ਹੈ ਸੋ ਇਸ ਗੱਲ ਦਾ ਖਿਆਲ ਰੱਖਣਾ ਜੇ 10ਸ ਵਾਲਾ 5 ਤੋਂ ਛੋਟਾ ਆ ਫਿਰ ਉਹ ਨਹੀਂ ਉਹ ਇਨਕਰੀਜ਼ ਹੋਣਾ ਨੈਕਸਟ ਦੇਖਦੇ ਆਪਾਂ ਨੈਕਸਟ ਵੀ ਇਦਾਂ ਹੀ ਕਰਨਾ ਤੁਸੀਂ rounding of 525 to the nearest ਤੁਸੀਂ ਇਕੁਅਲ ਲਾਈਨ ਦੇ ਵਿੱਚ ਕਵਰ ਕਰਨਾ ਠੀਕ ਹੈ ਮੇਰਾ ਬੋਰਡ ਤੇ ਕਵਰ ਨਹੀਂ ਹੋ ਰਿਹਾ ਇਸ ਕਰਕੇ ਮੈਨੂੰ نیچے ਲਿਖਣਾ ਪੈ ਰਿਹਾ ਟੂ ਦਾ ਨੀਅਰੈਸਟ 100 ਇਹ ਵੀ 100 ਦੇ ਨੀਅਰੈਸਟ ਹੀ ਕਰਨਾ ਹੈ ਤੁਸੀ ਠੀਕ ਹੈ ਸੋ ਇਹ ਇਹਨੂੰ ਕਰਨਾ ਹੈ ਆਪਾਂ ਵਾਂਸ ਟੈਂਸ ਔਰ 100 5 ਦਾ ਵੀ ਜ਼ੀਰੋ ਬਣਾ ਲਓ 2 ਦਾ ਵੀ ਜ਼ੀਰੋ ਬਣਾ ਲਓ ਹੁਣ ਦੇਖੋ ਟੈਂਸ ਵਾਲਾ ਵਾ ਹੈਨਾ ए 5 ਤੋਂ چھوٹਾ ਆ 2 ਹੈ 5 ਤੋਂ ਸਮਾਲਰ ਆ ਇਟ ਮੀਨਸ ਨਾਲ ਵਾਲਾ 100 ਵਾਲਾ ਚੇਂਜ ਨਹੀਂ ਹੋਏਗਾ ਸੋ ਜੇਕਰ 10ਸ ਵਾਲਾ 5 ਜਾਂ 5 ਦਾ ਫਿਗਰ ਆ ਤੇ ਨਾਲ ਵਾਲਾ ਇੱਕ ਇਨਕਰੀਜ਼ ਹੋ ਜਾਏਗਾ ਜੇਕਰ 10ਸ ਵਾਲਾ 5 ਤੋਂ چھوٹਾ ਹੈ ਤੇ ਨਾਲ ਵਾਲਾ ਇਨਕਰੀਜ਼ ਨਹੀਂ ਹੋਏਗਾ ਸੋ 800 ਦੇ ਲੱਗੇ ਆ 753 ਔਰ 525 ਕਿਤੇ ਲੱਗੇ ਆ ਜੀ 500 ਦੇ ਠੀਕ ਹੈ ਸੋ ਵਿੱਚ ਪਲੱਸ ਦਾ ਸਾਈਨ ਆ ਇਟ ਮੀਨਸ ਅਸੀਂ ਇਹਨਾਂ ਦੋਵਾਂ ਨੂੰ ਕੀ ਕਰ ਦੇਣਾ ਆ ਪਲੱਸ ਕਰ ਦੇਣਾ ਠੀਕ ਹੈ ਸੋ so 800 ਔਰ 500 ਨੂੰ ਪਲੱਸ ਕਰਨ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਲਿਖਣਾ ਸੋ ਇਹਨਾਂ ਨੂੰ ਐਡ ਕਰ ਲਿਆ ਤੇ ਇਹ ਸਾਡਾ ਕੀ ਆ ਗਿਆ ਐਸਟੀਮੇਟਡ ਸਮ ਠੀਕ ਹੈ ਐਸਟੀਮੇਟਡ ਸਮ ਆ ਗਿਆ ਜੇ ਐਕਚੁਅਲ ਸਮ ਵੀ ਫਾਈਂਡ ਕਰਨ ਨੂੰ ਕਿਹਾ ਹੋਵੇ ਠੀਕ ਹੈ ਐਕਚੁਅਲ ਦਾ ਮਤਲਬ ਆ ਕਿ ਫਿਰ ਤੁਸੀਂ ਜ਼ੀਰੋਜ਼ ਨਹੀਂ ਕਰਨੀਆਂ ਜਿਹੜਾ ਤੁਹਾਨੂੰ ਆਇਆ ਦਿੱਤਾ ਹੋਇਆ ਬਣਾ ਐਗਜ਼ੈਕਟ 753 ਔਰ 500 25 ਇਹਨਾਂ ਨੂੰ ਤੁਸੀਂ ਫਾਈਂਡ ਕਰ ਲੈਣਾ ਜੋ ਦਿੱਤਾ ਹੋਇਆ ਐਸਟੀਮੇਟਡ ਵੀ ਫਾਈਂਡ ਕਰ ਲਿਆ एग्जैक्ट ਜੋ ਹੈਗਾ ਉਹ ਵੀ ਫਾਈਂਡ ਕਰ ਲੈਣਾ ਤੁਸੀਂ ਠੀਕ ਹੈ ਇਸ ਤਰੀਕੇ ਦੇ ਨਾਲ ਦੈਟਸ ਇਟ